ਖੜੇ ਖਲੋਤੇ ਦੇਖੋ ਇੰਜ ਆਉਂਦੀ ਹੈ ਮੌਤ। ਗੱਡੀ ਠੀਕ ਕਰਵਾ ਰਿਹਾ ਸੀ ਸ਼ਖਸ ਕਿ ਉਸਦੇ ਉੱਤੇ ਇੱਕ ਐਕਸਯੂਵੀ ਵਾਲੇ ਨੇ ਗੱਡੀ ਚੜ੍ਹਾ ਦਿੱਤੀ। ਦੇਖ ਹੀ ਸਕਦੇ ਹੋ ਕਿ ਕਿਵੇਂ ਐਕਸਯੂਵੀ ਗੱਡੀ ਸਿੱਧਾ ਜਾ ਕੇ ਉਸ ਸ਼ਖਸ ਦੇ ਵਿੱਚ ਵੱਜਦੀ ਹੈ। ਹੇਠਾਂ ਆਉਣ ਕਾਰਨ, ਐਕਸਯੂਵੀ ਦੇ ਹੇਠਾਂ ਆਉਣ ਦੇ ਕਾਰਨ ਵਿਕਾਸ ਨਾਂ ਦੇ ਇੱਕ ਸ਼ਖਸ ਦੀ ਮੌਤ ਹੋ ਗਈ ਹੈ, ਜੋ ਕਿ ਆਪਣੀ ਗੱਡੀ ਠੀਕ ਕਰਵਾਉਣ ਆਇਆ ਸੀ। ਤਸਵੀਰਾਂ CCTV ਦੇ ਵਿੱਚ ਦੇਖ ਹੀ ਸਕਦੇ ਹੋ ਤੁਸੀਂ ਕਿ ਕਿਵੇਂ ਇੱਕ ਗੱਡੀ ਹੈ ਜੋ ਅਚਾਨਕ ਖੜ੍ਹੀ ਹੋਈ ਸੀ ਅਤੇ ਉਸ ਨੂੰ ਰੇਸ ਦੇ ਹੋ ਜਾਂਦੀ ਹੈ ਅਤੇ ਸਿੱਧਾ ਜਾ ਕੇ ਉਹ ਵਿਕਾਸ ਨਾਂ ਦੇ ਇੱਕ ਸ਼ਖਸ ਦੇ ਵਿੱਚ ਵੱਜਦੀ ਹੈ। ਤਾਂ ਦੱਸ ਦਈਏ ਕਿ ਵਿਕਾਸ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਉਸਦੇ ਸਰੀਰ ਦੀਆਂ ਕਈ ਹੱਡੀਆਂ ਟੁੱਟ ਜਾਂਦੀਆਂ ਨੇ, ਜਿਸ ਕਾਰਨ ਉਸਨੂੰ ਇਲਾਜ ਲਈ ਲੈ ਕੇ ਜਾਇਆ ਗਿਆ ਅਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਕਿਉਂਕਿ ਐਕਸਯੂਵੀ ਗੱਡੀ ਦਾ ਕਾਫੀ ਭਾਰ ਹੁੰਦਾ ਹੈ ਅਤੇ ਇਸੇ ਦੇ ਥੱਲੇ ਹੇਠਾਂ ਆਉਣ ਦੇ ਕਾਰਨ ਉਸ ਸ਼ਖਸ ਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਚੰਡੀਗੜ੍ਹ ਦੀ 48 ਸੈਕਟਰ ਦੀ ਮੋਟਰ ਮਾਰਕੀਟ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ, ਜਿੱਥੇ CCTV ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ। ਇੱਕ ਸ਼ਖਸ ਜੋ ਕਿ ਆਪਣੀ ਐਕਸਯੂਵੀ ਗੱਡੀ ਠੀਕ ਕਰਵਾਉਣ ਆਇਆ ਸੀ ਅਤੇ ਵਿਕਾਸ ਵੀ ਆਪਣੀ ਕੁਇਡ ਗੱਡੀ ਲੈ ਕੇ 48 ਦੀ ਮਾਰਕੀਟ ਦੇ ਵਿੱਚ ਠੀਕ ਕਰਵਾਉਣ ਦੇ ਲਈ ਆਇਆ ਸੀ। ਤਾਂ ਵਿਕਾਸ ਇੱਕਦਮ ਐਕਸਯੂਵੀ ਗੱਡੀ ਦੇ ਸਾਹਮਣੇ ਖੜਿਆ ਸੀ ਕਿਉਂਕਿ ਉਸਦੀ ਗੱਡੀ ਦਾ ਕੰਮ ਚੱਲ ਰਿਹਾ ਸੀ। ਤਾਂ ਐਕਸਯੂਵੀ ਗੱਡੀ ਦੇ ਵਿੱਚ ਜਿਹੜਾ ਸ਼ਖਸ ਬੈਠਾ ਸੀ ਆਟੋਮੈਟਿਕ ਹੋਣ ਦੇ ਕਾਰਨ ਉਸਨੇ ਅਚਾਨਕ ਰੇਸ ਦੇ ਦਿੱਤੀ। ਰੇਸ ਇੰਨੀ ਜ਼ਿਆਦਾ ਦੇ ਹੋ ਗਈ ਕਿ ਸਿੱਧੀ ਜਾ ਕੇ ਗੱਡੀ ਵਿਕਾਸ ਦੇ ਵਿੱਚ ਵੱਜਦੀ ਹੈ ਅਤੇ ਵਿਕਾਸ ਦੀ ਮੌਤ ਹੋ ਜਾਂਦੀ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਐਕਸ਼ਨ ਲਿਆ ਹੈ ਅਤੇ ਐਕਸਯੂਵੀ ਵਾਲੇ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਤਾਂ ਬੜੀ ਮੰਦਭਾਗੀ ਅਤੇ ਹੈਰਾਨ ਕਰਨ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੇ ਸੈਕਟਰ 48 ਮੋਟਰ ਮਾਰਕੀਟ ਤੋਂ, ਜਿੱਥੇ ਵੱਡਾ ਕਾਂਡ ਹੋ ਗਿਆ ਹੈ। ਇੱਕ ਐਕਸਯੂਵੀ ਵਾਲਾ ਜੋ ਕਿ ਆਪਣੀ ਗੱਡੀ ਠੀਕ ਕਰਵਾਉਣ ਦੇ ਲਈ ਆਇਆ ਸੀ, ਉਸਦੇ ਕੋਲੋਂ ਅਚਾਨਕ ਐਕਸਯੂਵੀ ਜੋ ਕਿ ਆਟੋਮੈਟਿਕ ਕਾਰ ਸੀ, ਅਚਾਨਕ ਉਸਦੀ ਰੇਸ ਦੇ ਹੋ ਗਈ। ਅਤੇ ਦੇਖੋ ਕਿਵੇਂ ਸਾਹਮਣੇ ਖੜ੍ਹਾ ਸ਼ਖਸ, ਜਿਸਦਾ ਨਾਮ ਵਿਕਾਸ ਆਰਿਆ ਦੱਸਿਆ ਜਾ ਰਿਹਾ ਹੈ, ਅਤੇ ਉਸਦੇ ਉੱਤੇ ਐਕਸਯੂਵੀ ਗੱਡੀ ਚੜ੍ਹ ਗਈ, ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਤਾਂ ਦੇਖੋ ਕਿਵੇਂ ਖੜ੍ਹੇ ਖਲੋਤੇ ਸ਼ਖਸ ਦੀ ਮੌਤ ਆ ਗਈ। ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਸਦੇ ਨਾਲ ਐਡਾ ਵੱਡਾ ਹਾਦਸਾ ਵਾਪਰ ਜਾਏਗਾ, ਕਿਉਂਕਿ ਸਾਰੀਆਂ ਗੱਲਾਂ ਤੋਂ ਅਣਜਾਣ ਵਿਕਾਸ ਆਪਣੀ ਗੱਡੀ ਕੁਇਡ ਗੱਡੀ ਰੇਨੋਲਟ ਵਾਲਿਆਂ ਦੀ ਠੀਕ ਕਰਵਾਉਣ ਦੇ ਲਈ 48 ਦੀ ਮਾਰਕੀਟ ਦੇ ਵਿੱਚ ਆਇਆ। ਮਕੈਨਿਕ ਉਸਦੀ ਗੱਡੀ ਦਾ ਕੰਮ ਕਰ ਰਿਹਾ ਸੀ ਤਾਂ ਉਹ ਗੱਡੀ ਤੋਂ ਬਾਹਰ ਖੜ੍ਹਾ ਹੋ ਕੇ ਗੱਡੀ ਦਾ ਕੰਮ ਜੋ ਹੋ ਰਿਹਾ ਸੀ ਉਹ ਦੇਖ ਰਿਹਾ ਸੀ। ਤਾਂ ਅਚਾਨਕ ਐਕਸਯੂਵੀ ਵਾਲਾ ਵੀ ਸਾਹਮਣੇ ਆਉਂਦਾ ਹੈ, ਐਕਸਯੂਵੀ ਵਾਲੇ ਦੇ ਕੋਲੋਂ ਅਚਾਨਕ ਰੇਸ ਦੇ ਹੋ ਜਾਂਦੀ ਹੈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹੁਣ ਐਕਸਯੂਵੀ ਵਾਲਾ ਹੈ ਜਿਸਦਾ ਨਾਮ ਸੁਭਾਸ਼ ਦੱਸਿਆ ਜਾ ਰਿਹਾ ਹੈ, ਉਸਨੂੰ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਅਤੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਤਾਂ ਉਹਨਾਂ ਚਿਰ ਤੁਸੀਂ ਦੇਖੋ CCTV ਤਸਵੀਰਾਂ ਜਿਸ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ ਹੈ।